ਪਤੰਗਾਂ ਵੀ ਲੈ ਲੀਆਂ ਤੇ ਸਪੀਕਰ ਇਹ ਸਾਰੀਆਂ ਡੋਣੀ ਮਿੰਟ ਹੋ ਗਿਆ ਉੱਥੇ ਵੜਿਆ ਵਾ ਇੱਧਰ ਕਰ ਜਾਂਚ ਉਤਰ ਮੈਨੂੰ ਹੈ ਨਹੀਂ ਹੈਲੋ ਸਤਿ ਸ਼੍ਰੀ ਅਕਾਲ ਮੈਂ ਬਹੁਤ ਬਹੁਤ ਸਵਾਗਤ ਕਰਦਾ ਆਪਣੇ ਯੂਟਿਊਬ ਚੈਨਲ ਤੇ ਤੁਹਾਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਮੈਂ ਪਹਿਲਾਂ ਯਾਰ ਵਲੋਗ ਨਹੀਂ ਬਣਾਏ ਕਾਈਟ ਸਟੈਸ਼ ਵਾਲੇ ਆ ਜਿਹੜੇ ਮੈਂ ਕਾਈਟ ਵਗੈਰਾ ਖਰੀਦੀਆਂ ਨੇ ਪਤੰਗਾਂ ਵਗੈਰਾ ਖਰੀਦੀਆਂ ਉਹਨਾਂ ਦਾ ਮੈਂ ਵਲੋਗ ਨਹੀਂ ਬਣਾਇਆ ਸੋ ਅੱਜ ਹੈਗੀ ਆ ਲੋਹੜੀ ਤੇ ਅੱਜ ਕਰਾਂਗੇ ਕਾਈਟ ਸਟੈਸ਼ ਤੇ ਪੇਚੇ ਪੂਚੇ ਲਾਵਾਂਗੇ ਬਾਕੀ ਵੇਖੋ ਵਲੋਗ ਦੇ ਵਿੱਚ ਕੀ ਬਣਦਾ ਆ ਤੇ ਉਹ ਪਿੱਛੇ ਦਿਆ ਪਤੰਗਾਂ ਲੁੱਟਣ ਵੇਖ ਸਕਦੇ ਜੇ ਕਿੱਧਰ ਆ ਕਿੰਨੇ ਲੁੱਟੇ ਜੀ ਹਾਂ ਗੱਟੂ ਕਿੰਨੇ ਆ ਗੱਟੂ 4 ਤਾਂ ਮਤਲਬ ਪੂਰਾ ਮਾਹੌਲ ਬਣੂਗਾ ਅੱਜ ਤੇ ਵਲੌਗ ਮਤਲਬ ਤੁਸੀਂ ਥੰਬਨੇਲ ਤੋਂ ਵੇਖ ਹੀ ਲਿਆਉਣਾ ਆ ਸੋ ਕਰਦੇ ਹਾਂ ਵਲੌਗ ਨੂੰ ਸਟਾਰਟ ਵਿਦਆਊਟ ਐਨੀ ਮੋਰ ਵੇਸਟ ਟਾਈਮ ਲੈਟਸ ਗੋ ਵੈਲ ਸੋ ਵਿਦ ਗਾਈਸ ਵੀ ਵਲੌਗਸ ਬੈਕ ਹਿਅਰ ਅੱਜ ਧੁੰਦ ਵੀ ਪਈ ਆ ਤੇ ਸਾਨੂੰ ਪਤੰਗਾਂ ਵਗੈਰਾ ਵੀ ਨਹੀਂ ਦਿਖਣ ਡੀਆਂ ਜ਼ਿਆਦਾ ਤਾਂ ਹੈ ਨਾ ਉੱਤੇ ਉੱਤੇ ਜਿਹੜੀ ਜ਼ਿਆਦਾ ਉੱਤੇ ਆ ਉਹ ਨਹੀਂ ਦਿਖਣ ਡੀਆਂ ਬਾਕੀ ਜਿਹੜੀ ਥੋੜ੍ਹੀ ਨੀਵੇਂ ਨੀਵੇਂ ਉਹ ਦਿਖ ਜਾਂਦੀਆਂ ਨੇ ਤੇ ਉਸ ਤਰ੍ਹਾਂ ਇੱਧਰ ਦੀ ਹਵਾ ਸਾਡੇ ਘਰ ਵੱਲ ਦੀ ਸੋ ਇਸ ਕਰਕੇ ਇੱਧਰ ਨੂੰ ਸਾਡੇ ਘਰ ਵੱਲ ਨੂੰ ਪਤੰਗ ਆਉਣ ਡੀ ਜਿਹੜੀ ਵੀ ਟੁੱਟਦੀ ਆ ਬੋ ਹੋ ਕੇ ਇੱਧਰ ਨੂੰ ਆਉਣ ਡੀ ਤੇ ਉਹ ਹਜੇ ਤੱਕ ਲੱਗਾ ਪਿਆ ਉਹਨੂੰ 10 ਮਿੰਟ ਹੋ ਗਏ ਉੱਥੇ ਵੜਿਆ ਵਾ ਉਹ ਤੇ ਹੁਣ ਮੈਦਾਨ ਫਤਿਹ ਕਰਕੇ ਆਊਗਾ ਉਹ ਫੜ ਲਿਆ ਉਹਨੇ ਸਾਰਾ ਸਟੋਕ ਪਿਆ ਇੱਥੇ ਗੁੱਡੀਆਂ ਦਾ ਇਹ ਸਾਰੀਆਂ ਡੋਣੀਆਂ ਹੁਣ ਉਹ ਸਿੱਧੂ ਮੂਸੇਵਾਲੀ ਵਾਲੀ ਵੀ ਪਈ ਹੈ ਡਾਈ ਹਣ ਡੋਨੇ ਡੋਨੇ ਆ ਤੇ ਚਲੋ ਚੱਲਦੇ ਆ ਫਿਰ ਆਪਾਂ ਡੋਨ ਚੱਲੇ ਆ ਤੇ ਪਹਿਲਾਂ ਘਰੋਂ ਸਪੀਕਰ ਲੈ ਲਈਏ ਕਿਉਂਕਿ ਸਪੀਕਰ ਲਾਉਣੇ ਉੱਤੇ ਕੋਠੇ ਤੇ ਪਤੰਗਾਂ ਵੀ ਲੈ ਲੀਆਂ ਤੇ ਸਪੀਕਰ ਵੀ ਲੈ ਲਏ ਤੇ ਯਾਰ ਮੈਂ ਘਰੇ ਵਾਪਸ ਆਇਆ ਚਾਰਜਰ ਰਹਿ ਗਿਆ ਸੀਗਾ ਸੋ ਚਾਰਜਰ ਲੈ ਕੇ ਹੁਣ ਵਾਪਸ ਕੋਠੇ ਤੇ ਚੱਲਦੇ ਆ ਹਾਣੇ ਸਪੀਕਰ ਹੋ ਗਏ ਖਰਾਬ ਤੇ ਕੀ ਹੋ ਗਿਆ ਪਾੜ ਗਈ ਆ ਚੱਲ ਦੂਜੀ ਫੜਾਵਾ ਦੂਜੀ ਆ ਲੈਣੀ ਓ ਲੈਣੀ ਚੱਲ ਫੜ ਲਾ ਹੁਣ ਇਹੋ ਸਾਲੀ ਚੜ ਨਹੀਂ ਗਈ ਕਿੱਧਰ ਆ ਥੱਲੇ ਡਿੱਗ ਗਈ ਆ ਹੌਲੀ ਹੌਲੀ ਚੜੇਗੀ ਉਧਰੋਂ ਫੜ ਲਈ ਜਾ ਵੱਡੀ ਗਈ ਚੱਲ ਜਹਾਜ ਇੱਧਰ ਕਰ ਜਹਾਜ ਉਤਰ ਮੈਨੂੰ ਹੈ ਨਹੀਂ ਆ ਜਾਣ ਮਾੜਾ ਮੋਟਾ ਹੀ ਹਿਸਾਬ ਕਿਤਾਬ ਮੇਰਾ ਵੀ ਜਬੜਾ ਗਿਆ ਕਿੱਧਰ ਜਬੜਾ ਹੋ ਗਿਆ ਤੇਰੀ ਵੱਡੀ ਗਈ ਆ ਤੇਰੀ ਵੱਡੀ ਗਈ ਆ ਆਪਣੀ ਵਾਲ ਧਿਆਨ ਰੱਖ ਹੁਣ ਤੂੰ ਸਾਡੀ ਵੱਡੀ ਗਈ ਆ ਸਮਝ ਸਾਡੀ ਤਾਂ ਹਵਾ ਲੱਗੀ ਉਹ ਵੇਖ ਕਿਤਰਾ ਕੜੀ ਸੀ ਹੁੰਦੀ ਇੱਕ ਆ ਗੁੱਡੀ ਫੜਨ ਗਿਆ ਤੇ ਪੈ ਗਿਆ ਪੇਚਾ ਪੈ ਗਿਆ ਹੋਰ ਹੁਣ ਜਾਈ ਪੈ ਗਿਆ ਦੇ ਢਿਲ ਦੇ ਨੂੰ ਤੁਮਕਾ ਤੇ ਤੁਮਕਾ ਦੇ ਜਿਤਨਾ ਹੀ ਆਈ ਹੋਵੇ ਨਾ ਮੇਰਾ ਨੂੰ ਕਰ ਤੁਮਕਾ ਢਿਲ ਦੇ ਆਹੋ ਚੁੱਕ ਨਾਲ ਗੁੱਡੀਆਂ ਕਰ ਆਹੋ ਢਿਲ ਤੁਮਕਾ ਦੇ ਜਾ ਖਿੱਚਣਾ ਖਿੱਚਣਾ ਢਿਲ ਦੇ ਇੰਨੀ ਨਾ ਢਿਲ ਦੇ ਜਾ ਤੁਮਕਾ ਢਿਲ ਆ ਗਈ ਆਪਣੀ ਸਾਡੇ ਕੋਲ ਉੱਡਣ ਘੱਟ ਹੀ ਦੇ ਯਾਰ ਵੱਡੀ ਜ਼ਿਆਦਾ ਜਾਂਦੀ ਹੈ ਹੈ ਬਹੁਤ ਬੜੀਆਂ ਹੋ ਗਈਆਂ ਸਾਡੀਆਂ ਹਾਂ ਉੱਡਣ ਨਹੀਂ ਦੇ ਡੋਣੀ ਨਹੀਂ ਆਉਂਦੀ ਸਾਨੂੰ ਇੱਕ ਡਾ ਉਂਗਲੀ ਵਢਾ ਕੇ ਬੋਕਰਾ ਲਈ ਕਾਟਾ ਪੈ ਗਿਆ ਫਿਰ ਪਿਆਈ ਉੱਧਰ ਧਿਆਨ ਦੇ ਪੇਚਾ ਪੈ ਗਿਆ ਜੀ ਆਈ ਬਾਈ ਆ ਕਈਆ ਪਹਿਲੀ ਵਾਰ ਚੱਲ ਵੱਡੀ ਹੋਣੀ ਪਹਿਲੀ ਚੱਲ ਉਹ ਫੇਰ ਗੁੱਡੀ ਡਿੱਗੀ ਉੱਥੇ ਅੰਨਾ
ਆ ਦੂਜਾ ਪੇਚਾ ਪੈ ਗਿਆ ਇਹਨਾਂ ਵੀ ਨਹੀਂ ਪਿਆ ਹੈ ਨਹੀਂ ਪਿਆ ਪਏਗਾ ਇਹ ਇਹ ਪੈਣਾ ਵੇਖੀ ਹੁਣੇ ਗੁੱਡੀ ਤਾਂ ਚੜ ਗਈ ਯਾਰ ਜਬਰਾ ਪਤਾ ਕਿੰਨਾ ਤੇਜ਼ ਆ ਤੰਗ ਬਾਜੀ ਤੇ ਵੇਖ ਹੱਥ ਚੱਲਦਾ ਇਹਦਾ ਹੁਣ ਬੋਲ ਜੜੇ ਨਹੀਂ ਹੁਣ ਬੋਲ दूजी वड़ती दूजी वड़ती जो एको पतंगना हुण तीजी वड़नी आ तीजी वड़नी पिछले नहीं मजा आया यार डोन दा पिछले धुंद नहीं है हां पहला मी बड़ा पै गया है ना एक ते अगले दिन जाई डेल 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 हुण पए किधर आ और एनी तो ढेल दे साला हाउ गाइस आवले ना ढेल दे हुण फाड़ साड़ और आ गया आ गया आ गया जड़ा की है तीन वड्डियां एक वड़ाई आ हुण ਫੇਰ ਚੱਲ ਡੋਨੇ ਆ ਇੱਕ ਵਾਰੀ ਹੋਰ ਇੱਕ ਗੱਟੂ ਥੱਲੇ ਪਿਆ ਹੋਵੇ ਉਹ ਹੁਣ ਆਪਾਂ ਲੈ ਜਾ ਲੱਗੇ ਨਾ ਆ ਵੀ ਯਾਰ ਖਰਾਬ ਹੋ ਗਿਆ ਇਹ ਹੁਣ ਨਵਾਂ ਲੈ ਕੇ ਆਉਣੇ ਯਾਰ ਕਾਰ ਲੈ ਜੰਨੇ ਨੇ ਨਹੀਂ ਲੈ ਕੇ ਨਵਾਂ ਆਉਣੇ ਇਹ ਮੈਨੂੰ ਦੇ ਦੋ ਲੈ ਦੋ ਮਕੈਨਿਕ ਕਰਾਂਗਾ ਹਾਂ ਇਹ ਲਾਓ ਕੋਣਾ ਪੇਚਾ ਫੜ ਗਈ ਖਿੱਚ ਲਾ ਖਿੱਚ ਲਾ ਇਤਰਾ ਹੀ ਖਿੱਚ ਲਾ ਖਿੱਚ ਤਾਂ ਖਿੱਚ ਦੇ ਖਿੱਦੇ ਕੋਈ ਨਹੀਂ ਆਈ ਬਾਈ ਆ ਗਈ ਆ ਡਬਲ ਕੰਮ ਦਿਆ ਚੱਲਣ ਡਬਲ ਡੋਰਾ ਜਦੋਂ ਵੱਖਰੀ ਹੁੰਦੀ ਤਾਂ ਦੇਖਦੀ ਡੋਰ ਲੱਭਦੀ ਆ ਡਬਲ ਡੋਰ ਖਿਖਲਾਰਦਾ ਹੁੰਦਾ ਚੁੱਪ ਜਿਹੜੀਆਂ ਗੁੱਡੀਆਂ ਨਹੀਂ ਜੜਦੀਆਂ ਉਹ ਲੱਗੇ ਪਾੜਨ ਵੇਖੋ ਹੁਣ ਘੱਟ ਹੋ ਗਏ ਨੇ ਪਤੰਗਾਂ ਉੱਡਣੀਆਂ ਤੇ ਸਾਡਾ ਵੀ ਕਾਰਜਕ੍ਰਮ ਖਤਮ ਆ ਹੁਣ ਠੰਡ ਵੀ ਹੋ ਗਈ ਆ ਤੇ ਸਾਲੇ ਚੁੱਪ ਹੋ ਤੇ ਹੁਣ ਸਮਾਪਤੀ ਹੋ ਗਈ ਹੁਣ ਥੱਲੇ ਉਤਰ ਜੀ ਆਵਾਜ਼ ਆ ਹੁਣ ਪਤੰਗ ਵਗੈਰਾ ਡਾਕ ਕੇ ਜਿਹੜੀ ਸਾਡੇ ਕੋਲ ਨਹੀਂ ਉੱਡਦੀਆਂ ਉਹਨਾਂ ਨੂੰ ਪਾੜ ਪੂੜ ਕੇ ਆਪਾਂ ਥੱਲੇ ਆ ਗਏ ਹਾਂ ਤੇ 10 ਮਿੰਟਾਂ ਬਾਅਦ 10-15 ਮਿੰਟਾਂ ਬਾਅਦ ਆਪਾਂ ਫਿਰ ਚੱਲ ਗਏ ਹਾਂ ਬਾਜ਼ਾਰ ਉੱਥੇ ਥੋੜਾ ਬਹੁਤ ਖਾ ਪੀ ਕੇ ਤੇ ਆਇਆ ਹੁਣ ਤੇ ਸਾਨੂੰ ਉਦਾਂ ਦਾ ਮਤਲਬ ਹਨੇਰਾ ਹੋ ਗਿਆ ਮੈਂ ਹੁਣ ਸੋਚਿਆ ਕਿ ਚੱਲ ਵਲੌਗ ਨੂੰ ਐਂਡ ਕਰ ਦਈਏ ਤੇ ਚਲੋ ਮਿਲਦੇ ਫਿਰ ਨੈਕਸਟ ਵਲੌਗ ਦੇ ਵਿੱਚ ਬਾਏ I'm walking alone, the streets are empty. The only thing I can see is my own silhouette. I'm getting stronger, step by step. The clock is ticking, but there's no time for me.